ਸਸਿਆ ਗੱਲ ਮੈਂ ਜਸਵਿੰਦਰ ਪਾਲ ਚੈਨ ਨਿਸ਼ਾਨ ਪੰਜਾਬੀ ਤੁਹਾਡਾ ਸਵਾਗਤ ਹੈ ਤੇ ਸਮੀਂ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਬੇਅਦਬੀ ਮਾਮਲੇ ਵਿੱਚ ਇੱਕ ਵਾਰ ਫਿਰ ਸਟ ਨੇ ਇੱਕ ਸਮਨ ਜਾਰੀ ਕੀਤਾ ਇਸ ਵਾਰ ਸਮਨ ਤੇ ਪੰਜਾਬ ਪੁਲਿਸ ਨਿਸ਼ਾਨੇ ਤੇ ਰਹੀ ਹੈ ਤੁਹਾਨੂੰ ਦੱਸ ਦੇਈਏ ਕਿ ਜਿਸ ਸਮੇਂ ਬੇਅਦਬੀ ਹੋਈ ਗੋਲੀ ਕਾਂਡ ਹੋਇਆ ਬਿਲਕੁਲ ਗੋਲੀ ਕਾਂਡ ਹੋਇਆ ਉਸ ਸਮੇਂ ਦੇ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਨੋਟਿਸ ਪੇ ਦਿੱਤਾ ਸਮਨ ਜਾਰੀ ਕਰ ਦਿੱਤਾ ਤੇ 6 ਦਸੰਬਰ ਨੂੰ ਉਹਨਾਂ ਨੂੰ ਪੇਸ਼ ਹੋਣ ਦੀ ਇੰਗਲ ਕਿਤੇਗੇ ਤੁਹਾਨੂੰ ਦੱਸ ਦਿੰਦੇ ਆ ਕਿ ਬਹਿਵਲ ਗੋਲੀ ਕਾਣ ਦੌਰਾਨ ਜਿਹੜੇ ਦੋ ਨੌਜਵਾਨ ਮਾਰੇ ਸੀ ਉਸ ਨੂੰ ਲੈ ਕੇ ਪੁਲਿਸ ਵੱਲੋਂ ਪੁਲਿਸ ਦੀ ਕਾਰਜਕਾਰੀ ਜਿਹੜੀ ਸੀ ਉਹ ਵੀ ਸ਼ੱਕ ਦੇ ਘੇਰੇ ਵਿੱਚ ਆ ਗਈ ਸੀ ਕਿਉਂਕਿ ਇਸ ਤੇ ਵੱਡੀ ਸਿਆਸਤ ਵੀ ਹੋ ਰਹੀ ਹੈ ਤੇ ਸਵਾਲ ਵੀ ਪੁੱਛੇ ਜਾ ਰਹੇ ਨੇ ਕਿ ਆਖਰ ਜਿਹੜਾ ਪੁਲਿਸ ਵੱਲੋਂ ਇਹ ਗੋਲੀ ਕਿ ਵਾਰਾਈ ਗਈ ਤਾਂ ਕਿਸ ਦੇ ਉਦੇਸ਼ ਤੇ ਕੀਤੀ ਗਈ ਕਿਸ ਦੇ ਇਸ਼ਾਰੇ ਤੇ ਕੀਤੀ ਗਈ ਤੇ ਨਾਲ-ਨਾਲ ਕਈ ਹੋਰ ਸਵਾਲ ਵੀ ਸਿਗੇ ਕਿ ਜਿਹੜੀ ਪੁਲਿਸ ਐਪੁਲਿਸ ਦੀ ਕਾਰਵਾਈ ਸੀ ਜਿਹੜੀ ਉਹ ਕਿਉਂ ਗਲਤ ਸੀਗੀ ਕਿਉਂ ਗੋਲੀ ਚਲਾਣੀ ਪਈ ਜਦ ਕਿ ਉਸ ਨੂੰ ਸ਼ਾਂਤੀ ਦਾ ਮਾਹੌਲ ਕਰਨਾ ਪੈਸਾ ਦਾ ਸੀ ਇਸ ਨੂੰ ਲੈ ਕੇ ਜਿਹੜੀ ਹੁਣ ਪੰਜਾਬ ਦੀ ਰਾਜਨੀਤੀ ਚ ਉਥਲ ਪੁਥਲ ਹੈ ਉਹ ਕਾਫੀ ਸਮੇ ਤੋਂ ਹੈ ਤੁਹਾਨੂੰ ਦੱਸ ਦਈਏ ਕਿ ਇਸ ਦਾ ਸੇਟਾ ਤਾਂ ਦੇਖਿਆ ਜਾਵੇ ਪਿਛਲੀਆਂ ਸਰਕਾਰਾਂ ਨੂੰ ਸਤਾ ਵੀ ਗਵਾਉਣੀ ਪਈ ਪਰੰਤੂ ਪੰਜਾਬ ਸਰਕਾਰ ਜਾਨਕੀ ਭਗਵੰਤ ਮਾਨ ਸਰਕਾਰ ਹੁਣ ਇਹ じゃ ਕੋਈ ਵੀ ਸਟੈਪ ਨਹੀਂ ਲੈਣਾ ਚਾਹੁੰਦੀ ਤੇ ਉਹਨਾਂ ਵੱਲੋਂ ਬਣਾਈ ਸੱਟ ਨੇ ਜਿੱਥੇ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜੋ ਕਿ ਉਸ ਸਮੇਂ ਦੇ ਮੁੱਖ ਮੰਤਰੀ ਸਨ ਉਹਨਾਂ ਨੂੰ ਪੁੱਛਗਿੱਛ ਕੀਤੀ ਸੀ ਤੇ ਫਿਰ ਸੁਖਵੀਰ ਸਿੰਘ ਬਾਦਲ ਨਾਲ ਵੀ ਪੁੱਛਗਿੱਛ ਕੀਤੀ ਗਈ ਸੀ ਤੇ ਨਾਲ ਹੁਣ ਜਿਹੜੀ ਨਵੀਂ ਅਪਡੇਟ ਹੈ ਇਸ ਸੱਟ ਦੀ ਭੂਮਿਕਾ ਵਿੱਚ ਤੁਹਾਨੂੰ ਦੱਸਦੀ ਕਿ 6 ਦਸੰਬਰ ਨੂੰ ਇੱਕ ਨੋਟਿਸ ਜਾਨੀ ਕਿ ਸੰਮਨ ਜਾਰੀ ਕੀਤਾ ਗਿਆ ਜੋ ਕਿ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਸੰਮਨ ਕਰਕੇ ਬੁਲਾਇਆ ਗਿਆ ਹੈ ਕਿਉਂਕਿ ਉਹਨਾਂ ਤੋਂ ਪਹਿਲਾਂ ਵੀ ਪੁੱਛਗਿਛ ਹੋ ਚੁੱਕੀ ਹੈ ਤੇ ਪਰੰਤੂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਇੱਕ ਵਾਰੀ ਗ੍ਰਿਫਤਾਰੀ ਦੇ ਫਰੰਟ ਵੀ ਨਿਕਲਗੇ ਸੰਜ ਉਸ ਤੋਂ ਬਾਅਦ ਉਹ ਕਾਫੀ ਫਰਾਰ ਵੀ ਰਹੇ ਅਤੇ ਕਈ ਵਾਰ ਉਹਨਾਂ ਨੇ ਜਮਾਨਤ ਦੀ ਅਰਜੀ ਵੀ ਲਾਈ ਪਰੰਤੂ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਰਹਾਤਾ ਮਿਲੀ ਸੀ ਪਰੰਤੂ ਉਹਨਾਂ ਨੂੰ ਨਾਲ ਗਾਲ ਇਹ ਵੀ ਆਦੇਸ਼ ਦਿੱਤੇ ਸੀ ਕੋਰਟ ਵੱਲੋਂ ਕਿ ਤੁਸੀਂ ਪੁੱਛ-ਗੇਛਿ ਵਿਚ ਸ਼ਾਮਲ ਹੋ ਕੇ ਆਪਣਾ ਆਪੱਖ ਰੱਖ ਕੋ ਜਿਸ ਤੋਂ ਬਾਅਦ ਹੁਣ ਫੇਰ ਸੰਮਨ ਜਾਰੀ ਕਰ ਦਿੱਤਾ ਹੈ ਸਿਟ ਵੱਲੋਂ ਸਿਟ ਦਾ ਕਹਿਣਾ ਇਸ ਮਾਮਲੇ 'ਚ ਹੈ ਕਿ ਅਜੇ ਕਈ ਟੈਕਨੀਕਲ ਸਵਾਲਾਂ ਦਾ ਜਵਾਬ ਦੇ ਲਈ ਡੀਜੀਪੀ ਜੋ ਕਿ ਸਾਬਕਾ ਡੀਜੀਪੀ ਨੇ ਪੰਜਾਬ ਪੁਲਿਸ ਦੇ ਸਮੇਂ ਸਿੰਘ ਸੈਣੀ ਨੂੰ ਬੁਲਾਇਆ ਜਾ ਰਿਹਾ ਕਿਉਂਕਿ ਉਸ ਸਮੇਂ ਦੇ ਜਿਹੜੇ ਅਫਸਰ ਸੀਗੇ ਜਿਨ੍ਹਾਂ ਨੂੰ ਭਾਵੇਂ ਕੋਰਟ ਵੱਲੋਂ ਜ਼ਮਾਨਤ ਵੀ ਦੇ ਦਿੱਤੀ ਗਈ ਹੈ ਪਰੰਤੂ ਉਹਨਾਂ ਦੇ ਜਿਹੜੀ ਭੂਮਿਕਾ ਸੀ ਪੰਜਾਬ ਪੁਲਿਸ ਦੀ ਭੂਮਿਕਾ ਸੀ ਸਟੇਟ ਮੁਖੀ ਦੀ ਭੂਮਿਕਾ ਸੀ ਜਾਂ ਫਿਰ ਕੋ सीएम ਦੀ ਭੂਮਿਕਾ ਸੀ ਇਸ ਸਵਾਲਾਂ ਨੂੰ ਪੂਰੀ ਤਰ੍ਹਾਂ ਤਹਿਕੀਕਾਤ ਕਰਨ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵਿੱਚ ਸਰਕਾਰ ਉਸ ਸਮੇਂ ਦੀ ਕਿੱਥੇ ਕਿੰਨੀ ਦੋਸ਼ੀ ਸੀ ਪੁਲਿਸ ਕਿੰਨੀ ਦੋਸ਼ੀ ਸੀ ਇਸ ਭੂਮਿਕਾ ਨੂੰ ਲੈ ਕੇ ਸਮੇਂ ਸਿੰਘ ਸੈਣੀ ਤੋਂ 6 ਦਸੰਬਰ ਨੂੰ ਸਵਾਲ ਪੁੱਛ ਸਕਦੇ ਐਸੈਟ ਤੇ ਹੁਣ ਦੇਖਣਾ ਕਿ 6 ਦਸੰਬਰ ਨੂੰ ਕੀ ਨਿਕਲ ਕੇ ਆਉਂਦਾ ਕਿੰਨੇ ਸਵਾਲ ਨੇ ਸਿੱਟਦੇ ਜੋ ਕਿ ਸੁਮੇਸ਼ ਸਿੰਘ ਸੈਣੀ ਨੂੰ ਕੇਰਲ ਵਿੱਚ ਕਾਮਯਾਬ ਹੁੰਦਾ ਸੁਮੇਸ਼ ਸਿੰਘ ਸੈਣੀ ਆਪਣਾ ਜਵਾਬ ਕਿਵੇਂ ਦਿੰਦੇ ਇਸ ਵਾਸਤੇ ਵੇਟ ਕਰਨੀ ਪੈਗੀ ਅਜੇ 6 ਦਸੰਬਰ ਤੱਕ ਫਿਲਹਾਲ ਮਨੂਦੇਵ ਅਜਾਜਤ ਤੁਸੀਂ ਦੇਖਦੇ ਰਹੋ ਚੈਨ ਨਿਸ਼ਾਨ ਪੰਜਾਬੀ ਮਾਨ ਪੰਜਾਬ ਦਾ ਧੰਨਵਾਦ